ਹਾਂਜੀ ਜੇਕਰ ਆਪਾਂ ਬਰਸੀਮ ਨੂੰ ਜਲਦੀ ਤਿਆਰ ਕਰਨਾ ਤੇ ਕਿਵੇਂ ਕਰ ਸਕਦੇ ਹਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਦੋਸਤੋ ਜਿਨ੍ਹਾਂ ਨੇ ਬਰਸੀਮ ਤਕਰੀਬਨ ਅਕਤੂਬਰ ਦੇ ਪਹਿਲੇ ਹਫਤੇ ਜਾਂ 10 ਤਰੀਕ ਤੱਕ ਬੀਜਿਆ ਸੀਗਾ ਉਹਨੂੰ ਕੋਈ ਵੀ ਜੂਰੀਆ ਖਾਦੀ ਤਕਰੀਬਨ ਲੋੜ ਨਹੀਂ ਪਈ ਤੇ ਉਹ ਆਪਣੇ ਆਪ ਹੀ ਹੀ ਹੋ ਗਿਆ ਟੱਕ ਲਾਉਣ ਜੋਗਾ ਕਿਉਂਕਿ ਉਹ ਠੰਡ ਤੋਂ ਬਚਾ ਹੋ ਗਿਆ ਜਿਨ੍ਹਾਂ ਨੇ ਤਕਰੀਬਨ ਲੇਟ ਬੀਜਿਆ ਉਹ ਠੰਡ ਵਿੱਚ ਆ ਚੁੱਕਾ ਸੀਗਾ ਤੇ ਉਹ ਹੁਣ ਵਾਧਾ ਨਹੀਂ ਰਿਹਾ ਤੇ ਇਸ ਦੀ ਸਮੱਸਿਆ ਲਈ ਇੱਕ ਹੋਰ ਸਮੱਸਿਆ ਆ ਗਈ ਕਿਉਂਕਿ ਆਪਾਂ ਨੂੰ ਯੂਰੀਆ ਖਾਦ ਨਹੀਂ ਮਿਲ ਰਹੀ ਜਿਸ ਕਰਕੇ ਆਪਾਂ ਬਿਨਾਂ ਖਾਦ ਤੋਂ ਉਸ ਨੂੰ ਕਿਵੇਂ ਤਿਆਰ ਕਰ ਸਕਦੇ ਹਾਂ ਜਿਨ੍ਹਾਂ ਕੋਲ ਤਾਂ ਯੂਰੀਆ ਖਾਦ ਆ ਉਹਦਾ ਤਕਰੀਬਨ ਸਿੱਧਾ ਹੀ ਯੂਰੀਆ ਖਾਦ ਪਾ ਦਿਓ ਤੇ ਬਰਸੀਮ ਜਲਦੀ ਤਿਆਰ ਹੋ ਜਾਵੇਗਾ ਜਿਨ੍ਹਾਂ ਕੋਲ ਯੂਰੀਆ ਖਾਦ ਦੀ ਸ਼ਾਰਟੇਜ ਆ ਜਾਂ ਨਹੀਂ ਮਿਲ ਰਿਆ ਉਹਨਾਂ ਨੂੰ ਚਾਹੀਦਾ ਹੈ ਕਿ ਇੱਕ ਜਾਂ ਜਿਨਾਂ ਦਾ ਬਰਸੀਮ ਲਾਲ ਹੋ ਚੁੱਕਾ ਹੈ ਉਹ ਕਿਉਂ ਹੋਇਆ ਜਿਵੇਂ ਕਿ ਆਪਣਾ ਦੂਜਾ ਪਾਣੀ ਆਪਾਂ ਭਰ ਕੇ ਲਗਾ ਦਿੰਨੇ ਹਾਂ ਉਸ ਦੇ ਨਾਲ ਵੀ ਹੋ ਜਾਂਦਾ ਹੈ ਉਸ ਦੇ ਹੱਲ ਲਈ ਆਪਾਂ ਨੂੰ ਇੱਕ 05234 ਨਾਮ ਦੀ ਸਪਰੇਅ ਆਉਂਦੀ ਹੈ ਯਾਨੀ ਕਿ ਖਾਦ ਆਉਂਦੀ ਹੈ ਉਹਦੀ ਆਪਾਂ ਸਪਰੇਅ ਕਰ ਸਕਦੇ ਹਾਂ ਜਿਸ ਨਾਲ ਉਸ ਦਾ ਲਾਲਪਨ ਖਤਮ ਹੋ ਜਾਵੇਗਾ ਉਸ ਤੋਂ ਇਲਾਵਾ ਜੇਕਰ ਆਪਾਂ ਇਸ ਨੂੰ ਜਲਦੀ ਤਿਆਰ ਕਰਨਾ ਹੈ ਤਾਂ ਜੋ ਆਪਣਾ ਜਲਦੀ ਹੋ ਸਕੇ ਕਿਉਂਕਿ ਠੰਡ ਦਾ ਮੌਸਮ ਜ਼ੋਰ ਫੜ ਰਿਹਾ ਹੈ ਤਾਪਮਾਨ ਵੀ ਤਕਰੀਬਨ 10 ਡਿਗਰੀ ਤੱਕ ਰਹਿ ਚੁੱਕਾ ਹੈ ਇਸ ਦੇ ਲਈ ਆਪਾਂ ਨੂੰ ਇੱਕ ਸਪਰੇਅ ਕਰਨੀ ਪਵੇਗੀ ਜਿਵੇਂ ਕਿ 13045 ਉਸ ਦਾ ਰਿਜ਼ਲਟ ਬਹੁਤ ਵਧੀਆ ਹੈ ਜਿਸ ਦੇ ਕਰਕੇ 1 ਕਿਲੋ ਦੇ ਪੈਕਟ ਨੂੰ ਆਪਾਂ ਖੇਤ ਦੇ ਹਿਸਾਬ ਨਾਲ ਚਾਰ ਢੋਲੀਆਂ ਦੇ ਨਾਲ ਖੇਤ ਦੀ ਸਪਰੇਅ ਕਰ ਸਕਦੇ ਹਾਂ ਜਿਸ ਦਾ ਰਿਜ਼ਲਟ ਬਹੁਤ ਵਧੀਆ ਹੈ ਦੇ ਨਾਲ ਜਲਦੀ ਬਰਸੀਮ ਤਿਆਰ ਹੋ ਜਾਵੇਗਾ ਉਸ ਤੋਂ ਇਲਾਵਾ ਇੱਕ ਹੋਰ ਯੂਰੀਏ ਦੀ ਜੋ ਕਿ ਮੰਗ ਨੂੰ ਘਟਾਉਂਦਾ ਹੈ ਐਨ ਪੀ ਕੇ 19 19 19 ਨਾਮ ਦੀ ਆਪਾਂ ਟਟਾਲੇ ਨੂੰ ਸਪਰੇਅ ਕਰ ਸਕਦੇ ਹਾਂ ਜੋ ਕਿ ਯੂਰੀਏ ਖਾਦ ਵਾਂਗੂ ਹੀ ਕੰਮ ਕਰੇਗਾ ਤੇ ਇਸ ਨੂੰ ਜਲਦੀ ਹੀ ਤਿਆਰ ਕਰ ਦੇਵੇਗਾ ਤਾਂ ਜੋ ਆਪਣਾ ਟਟਾਲਾ ਜਾਂ ਬਰਸੀਮ ਜਲਦੀ ਹੀ ਤਿਆਰ ਹੋ ਸਕੇ ਇਹ ਦੋ ਸਪਰੇਅ ਹਾਂ ਸਭ ਤੋਂ ਬੈਸਟ ਹੈ 13045 ਤੇ ਐਨਪੀਕੇ 19 19 19 13045 ਦਾ ਝੋਨੇ ਤੇ ਵੀ ਅਸੀਂ ਕੀਤੀ ਸੀ तकरीबन ਉਸ ਦਾ ਰਿਜ਼ਲਟ ਵਧੀਆ ਰਿਹਾ ਐਨਪੀਕੇ 19 19 19 ਇਹ ਆਪਣੀ ਜਿਹੜੀ ਸਪਰੇਅ ਆ 1 ਕਿਲੋ ਚਾਰ ਢੋਲੀਆਂ ਖੇਤ ਦੇ ਹਿਸਾਬ ਨਾਲ ਕਰਨੀ ਹੈ ਇਸ ਦਾ ਵੀ ਰਿਜ਼ਲਟ ਬਹੁਤ ਵਧੀਆ ਹੈ ਇੱਕ ਜੋ ਇੰਟਰਨੈਟ ਤੇ ਤਰੀਕਾ ਵਾਇਰਲ ਹੁੰਦਾ ਹੈ ਜਿਵੇਂ ਕਿ 1 ਲੀਟਰ ਸ਼ਰਾਬ ਦੀ ਬੋਤਲ ਚਾਰ ਢੋਲੀਆਂ ਖੇਤ ਦੇ ਹਿਸਾਬ ਨਾਲ ਤੁਸੀਂ ਲਾ ਸਕਦੇ ਹੋ ਇਸ ਦੇ ਨਾਲ ਵੀ ਕਹਿੰਦੇ ਵਰਸੀਮ ਜਲਦੀ ਵੱਧਦਾ ਹੈ ਪਰ ਉਸ ਦਾ ਵજન ਨਹੀਂ ਵੱਧਦਾ ਬੂਟਾ ਜ਼ਰੂਰ ਵਿਕਾਸ ਕਰਦਾ ਹੈ ਪਰ ਵજન ਨਹੀਂ ਜ਼ਿਆਦਾ ਹੁੰਦਾ ਜੇਕਰ ਤੁਸੀਂ ਕਾਰਗਰ ਤਰੀਕਾ ਦਾ ਤਕਰੀਬਨ 13045 ਤੇ 19 19 19 ਐਨਪੀਕੇ ਦੀ ਸਪਰੇਅ ਕਰ ਦੋ ਤੁਹਾਨੂੰ ਰਿਜ਼ਲਟ ਇਸ ਦੇ ਬਹੁਤ ਵਧੀਆ ਮਿਲਣਗੇ